ਪੰਜਾਬ ਚ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਚ ਪੋਲਿੰਗ ਅੱਜ ਸਵੇਰ ਤੋਂ ਹੀ ਅਮਨ ਅਮਾਨ ਨਾਲ ਸ਼ੁਰੂ ਹੋ ਗਈ ਅਤੇ ਖੁੱਲ ਕੇ ਵੋਟਰਾਂ ਨੇ ਵੋਟਿੰਗ ਵੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਨਜ਼ਰ ਆਏ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਦੁਪਹਿਰ 12 ਵਜੇ ਤੱਕ ਤਕਰੀਬਨ 40% ਵੋਟਿੰਗ ਦਰਜ ਕੀਤੀ ਗਈ ਅਤੇ ਜੋ ਅੱਗੇ 4 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਕੋਰੋਨਾ ਕਾਲ ਨੂੰ ਧਿਆਨ 'ਚ ਰੱਖਦਿਆਂ ਸਿਹਤ ਵਿਭਾਗ ਦੇ ਲੋਕ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਏ ਤੇ ਅੱਜ ਫਾਈਨਲ ਡੇ ਯਾਨੀ ਕਿ ਨਗਰ ਪੰਚਾਇਤ ਦੀਆਂ ਚੋਣਾਂ ਦਾ ਅੱਜ ਦਿਨ ਹੈ। ਬਹੁਤ ਸ਼ੋਰ ਸ਼ਰਾਬੇ ਦੇ ਨਾਲ ਨਹੀਂ, ਸ਼ਾਂਤੀ ਦੇ ਨਾਲ ਜਿਹੜੀਆਂ ਚੋਣਾਂ ਵਾ ਸ਼ੁਰੂ ਹੋ ਚੁੱਕੀਆਂ। ਮੈਂ ਇਸ ਵਕਤ ਖੜਾ ਰਈਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਮੁੰਡਿਆਂ ਵਾਲਾ ਉੱਥੇ ਖੜਾ ਜੀ। ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਪੋਲਿੰਗ ਕਰਕੇ ਵੋਟ ਪਾ ਕੇ ਬਾਹਰ ਆ ਰਹੇ ਨੇ। ਕੁਝ ਕੈਂਡੀਡੇਟ ਮੇਰੇ ਨਾਲ ਨੇ, ਵਿਸ਼ਾਲ ਮੰਨਨ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਇਸ ਵਾਰ ਉਮੀਦਵਾਰ ਨੇ, ਗੱਲ ਕਰਦੇ ਹਾਂ ਜੀ। ਕਿਵੇਂ ਦਾ ਰਿਸਪੌਂਸ ਹੈ ਜੀ ਇਸ ਵਕਤ, ਕਿੰਨੀ ਕੁ ਪੋਲਿੰਗ ਹੋ ਚੁੱਕੀ ਹੈ ਜੀ? ਸਾਰਿਆਂ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਵੇਲੇ ਤੱਕ 11 ਵਜੇ ਤੱਕ ਜਿਹੜੀ ਪੋਲਿੰਗ ਆ ਉਹ 300 ਕੁ ਵੋਟਾਂ ਜਿਹੜੀਆਂ ਵਾ 12 ਨੰਬਰ ਵਾਰਡ ਦੀਆਂ ਜਿਹੜੀਆਂ ਪੈ ਚੁੱਕੀਆਂ ਜੀ। ਅੱਛਾ ਜੀ। ਟੋਟਲ ਜਿਹੜੀ ਵੋਟ ਆ 850 ਹੈਗੀ ਹੈ ਜੀ। ਅੱਛਾ ਜੀ। ਹਾਂਜੀ। ਅਤੇ ਕੀ ਲੱਗਦਾ ਕੋਈ ਜਿਵੇਂ ਕਿ ਕੁਛ ਜਿਹੜੇ ਹੈਗੇ ਸੀ ਪੋਲਿੰਗ ਬੂਥ ਹੈਗੇ ਸੀ ਉਹ ਥੋੜ੍ਹੇ ਸੀਰੀਅਸ ਸੀ, ਕਿਵੇਂ ਲੱਗਦਾ ਜੀ ਇਹ? ਨਹੀਂ ਜੀ ਨਹੀਂ, ਇੱਦਾਂ ਦਾ ਤਾਂ ਸਾਨੂੰ ਪ੍ਰਸ਼ਾਸਨ ਦਾ ਐਡਾ ਵਧੀਆ ਬੰਦੋਬਸਤ ਲੱਗਿਆ ਜੀ, ਮਤਲਬ ਅਸੀਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ। ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜੀ ਹੈ ਪੋਲਿੰਗ ਹੋ ਰਹੀ ਆ ਔਰ ਬੜਾ ਵਧੀਆ ਜਿਹੜਾ ਇੱਥੋਂ ਦਾ ਸਿਸਟਮ ਚੱਲ ਰਿਹਾ ਜੀ। ਕੋਈ ਇੱਦਾਂ ਦੀ ਕੋਈ ਮਤਲਬ ਗੱਲਬਾਤ ਨਹੀਂ ਆ, ਕੋਈ ਲੜਾਈ ਵਾਲਾ ਸਿਸਟਮ ਨਹੀਂ ਆ, ਸ਼ਾਂਤਮਈ ਦੇ ਨਾਲ ਜਿਹੜੀ ਪੋਲਿੰਗ ਹੋ ਰਹੀ ਆ। ਮੈਂ ਜਦੋਂ ਇਲੈਕਸ਼ਨ ਅੱਜ ਤੋਂ 6 ਸਾਲ ਪਹਿਲੇ ਲੜੀ ਸੀ ਉਹਨਾਂ ਉਦੋਂ ਮੈਂ ਇੰਨਾ ਜਾਗਰੂਕ ਲੋਕਾਂ ਨੂੰ ਨਹੀਂ ਸੀ ਦੇਖਿਆ। ਲੋਕਾਂ ਨੇ ਮਨਾਂ 'ਚ ਸ਼ੌਂਕ ਸੀ, ਲੋਕਾਂ ਨੇ ਮਨ ਬਣੇ ਪਏ ਨੇ, ਲੋਕ ਦਿਨ ਐਤਵਾਰ ਦਾ 14 ਫਰਵਰੀ ਦਾ ਵੇਟ ਕਰਦੇ ਪਏ ਸੀ, ਜੋ ਅੱਜ ਲੋਕ ਘਰੋਂ ਖੁਦ ਜਿਹੜੇ ਚੱਲ ਕੇ ਆ ਰਹੇ ਆ ਵੋਟ ਆਪਣੀ ਪੋਲ ਕਰ ਰਹੇ ਆ ਜੀ।